रामकोट जोगी वाला सुरेश रामकोट फाइनल की टक्कर होनी है जी। बेस्टा सैकल हो गए बी ओके जी भाई पिंड दे जिन्ने भी साडे जूनियर खिडारी ने छोटे भरा साडे खेडदे आ ओह वीरे दो नंबर ग्राउंड दे विच आ जाण सारे वीर बहुत तगड़ा मैच लगना भाई कर दियो शेर जी मैडल पाए जाने आ आओ वीरे यार जिहड़े छोटे भरा साडे खेडदे आ वालीबाल नूं और उन्होंने दे जिहड़े मैडल पा के वड्डे माण कीते जाने आ समुची प्रबंधकी कमेटी वल्लों आओ जी आपां मैच शुरू कर दईए जी आ रहा वीर जी अपना हथियार उस्ताद भाई रेफरी भाई केड़ा यार वीरे अच्छा तुसी बैठना ਲਗਾ ਰੈਵਰੀ ਬਾਈ ਕਿਹੜਾ ਹੁਣ ਕਹਿੰਦੇ ਤੁਸੀਂ ਬੈਠਣਾ ਲਾਓ ਲਾਓ ਗਰਲਾ ਰੈਵਰੀ ਬਾਈ ਭਾਈ ਰੈਵਰੀ ਕਰ ਦੋ ਵੀਰੇ ਤੁਸੀਂ ਪਹਿਲਾਂ ਵੀ ਕਰਦੇ ਯਾਰ ਇੱਕ ਮੈਚ ਰਹੇਗਾ ਬਾਈ ਜੀ ਲਾ ਵੀ ਕਰਾ ਦੋ ਮੈਂ ਤਾਂ ਮੇਰਾ ਵੀਰ ਬਣ ਕੇ ਫਿਰ ਹੁਣ ਇੱਕ ਮੈਚ ਹੀ ਬਾਕੀ ਰਹਿੰਦਾ ਹੈ ਫਾਈਨਲ ਮੈਚ ਹੈ ਜੋਗੀਹਲ ਦੀ ਟੀਮ ਰਾਜਸਥਾਨ ਦੀ ਟੀਮ ਹੈ ਔਰ ਰਾਏਕੋਟ ਦੀ ਟੀਮ ਚੈਣੇਵਾਲ ਸੈਮੀ ਹਾਰ ਗਈ ਵੀਰੇ ਜੋਗੀ ਵਾਲੇ ਨੂੰ ਜੀ ਦੇ ਖਿਡਾਰੀ ਬੜੇ ਵਧੀਆ ਖਿਡਾਰੀ ਨੇ ਬੜੀ ਟੋਕੀ ਦਾ ਰਹਿ ਗਿਆ ਬੜੀ ਆਈ ਹੋਈ ਹੈ ਜੋਗੀਵਾਲ ਦੀ ਵੀ ਇਹ ਦਾ ਰਹਿ ਗਿਆ ਇਹ ਬਹੁਤ ਤਗੜਾ ਫਾਈਨਲ ਮੈਚ ਖੇਡਿਆ ਜਾਵੇਗਾ ਰੈਂਜਰ ਸਾਈਕਲਾਂ ਦੇ ਫੈਸਲੇ ਹੋਣਗੇ ਮਣੀ ਤਾਂ ਐ ਲੱਗੋ ਜਿਵੇਂ ਝੋਲੇ ਚ ਪੰਪ ਆਇਆ ਹੁੰਦਾ ਫੋਨ ਦੇ ਉਹੀ ਆ ਗਲਤੀਆਂ ਅਕਾਊਂਟ ਸਾਰਾ ਕੁਝ ਕਾਉਂਦਾ ਸਾਰਾ ਕੁਝ ਰਿਪੋਰਟ ਬੋਲਦਾ ਤੂੰ ਨਹੀਂ ਉਹ ਬਾਈ ਕਰਦੇ ਉਹ ਕਿਸ ਦੋਨੋਂ ਟੀਮਾਂ ਨੂੰ ਕੋਲੇ ਸੱਦ ਕੇ ਕਰਦਾ ਖੜ ਜਾ ਮੈਂ ਤੈਨੂੰ ਕੀ ਫੇਸਬੁੱਕ ਕੋਲ ਫੇਸਬੁੱਕ ਓਨਲੀ ਓਨਲੀ ਫੇਸਬੁੱਕ ਖੜ ਜਾ ਮੈਂ ਉਹ ਖੋਲਾਂ ਆਓ ਜੀ ਬਾਬਾ ਥੈਂਕਸ आओ वीरे यार भाई एक रेफरी लगो वीरे यार इतने मैंने तो बेस्ट कटने छोटी ने तो फिर ओदा तो कोई स्कोर वाला वीर होवे ओके जी ओके भाई जी मान लो साडा वीरे मेरी बेनती है दोनों टीमों के खिडारियों जोगी वाला के नाल रायकोट की टीम एक फाइनल मैच जिहड़ा इस टूरनामेंट का बाकी है बाबे की कृपा के नाल समाप्ति जिहड़ी इस टूरनामेंट की हो जा रही है वाहिगुरु मेहर करे सच्चे पातशाह और बहुत चोटी का जिहड़ा वीरां ने कप करवाया इतिहास सिरजा जाण अज दे इस वेले का दो टीमां जिहड़ियां फाइनल मैच जिंदर दसो वीरे यार भरा बन के ਜਿੰਦਰ ਸਵੇਰੇ ਵੀ ਜਾਣਾ ਯਾਰ ਤੈਨੂੰ ਵੀ ਪਤਾ ਹੀ ਹੈ ਹਾਂਜੀ 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 ਗੁਰਸਿਮਰਨ ਵੀਰੇ ਇਹ ਗਰਾਊਂਡ ਦਾ ਆਲੂ ਵਾਲਾ ਸੀਗਾ ਬਾਈ ਆਲੂ ਵਾਲਾ ਬਾਹਣ ਉਹ ਰਾਤ ਕੋ ਕਣੀਆਂ ਪੈ ਗਈਆਂ ਉਹਦੇ ਕਰਕੇ ਥੋੜਾ ਜਿਹਾ ਹੋ ਗਿਆ ਬਾਈ ਜਦੋਂ ਆਏ ਸੀ ਉਹਦਾ ਬਹੁਤ ਵਧੀਆ ਲੱਗਦੇ ਸੀ ਗਰਾਊਂਡ ਉੱਪਰੋਂ ਸੁੱਕ ਸੀਗੀ ਥੱਲੋਂ ਗਿੱਲ ਨਿਕਲਿਆ ਹੀ ਜਿਉਂ ਜਿਉਂ ਪਲੇਅਰ ਖੇਡੀ ਗਏ ਵੀਰੇ ਉਹ ਗਿੱਲ ਹਾਂ ਨਹੀਂ ਸਹੀ ਹੈ ਗੱਲ ਜਦੋਂ ਆਏ ਸੀ ਬੜੇ ਵਧੀਆ ਸਾਗਾ ਸੁੱਕਾ ਮਾਰ ਕੇ ਗਰਾਊਂਡ ਚੰਗੇ ਬਣਾਏ ਵੀ ਸੀ ਬਾਈ ਜਿਉਂ ਜਿਉਂ ਖੇਡੀ ਗਏ ਪਲੇਅਰ ਜਿਉਂ ਜਿਉਂ ਥੱਲੋਂ ਗਿੱਲ ਨਿਕਲ ਗਈ ਬਾਹਣ ਕਰਕੇ ਨਾ ਦਲਦਲ ਬਣ ਗਈ ਹੁਣ ਬਾਈ ਬਾਲੀਆਂ ਟੀਮ ਪਿਛਲੀ ਵਾਰ ਉੱਥੇ 16-18 ਟੀਮਾਂ ਸੀ ਚੰਗਲੀ ਤੋਂ ਦੁੱਲਾ ਸਿੰਘ
ਕਿੱਧਰ ਕਿੱਧਰ ਆਪਾਂ ਕਿੱਧਰ ਦੀ ਹੋਣਾ ਪਊਗਾ ਮੋਗਾ ਫਿਰੋਜ਼ਪੁਰ ਜੀਰਾ ਉਹ ਦੂਸਰੀ ਆਪਾਂ ਜਾਵਾਂਗੇ ਮੇਨ ਰੋਡ ਸਿੱਧਾ ਜੀਰੇ ਕੋਲ ਪੈ ਜਾਂਦਾ ਬਾਈ ਇਹ ਖੇਡ ਕਿਹੜੇ ਮੌਸਮ 'ਚ ਖੇਡਣੀ ਬੜੀ ਔਖੀ ਆ ਤੁਹਾਨੂੰ ਪਤਾ ਹੋਊ ਤੁਸੀਂ ਚਲੋ ਫਿਰ ਕਿਹੜੇ ਮੌਸਮ 'ਚ ਖੇਡਣੀ ਬੜੀ ਔਖੀ ਆ ਮੌਸਮ ਬਾਹਲੇ ਸਿਆਲਾਂ 'ਚ ਵੀ ਔਖੀ ਆ ਬਾਹਲੇ ਗਰਮੀ 'ਚ ਵੀ ਔਖੀ ਆ ਗਰਮੀਆਂ 'ਚ ਸਲਿਪ ਹੋ ਜਾਂਦੀਆਂ ਸਿਆਲਾਂ 'ਚ ਵੀ ਨਹੀਂ ਹੱਥ ਖੋਲਦੇ ਬਾਹਲੇ ਜਦੋਂ टूर्नामेंट बाले होंगे मार्च अप्रैल पूरे वधिया महीने नौवां ते दसवां हां जी हां जी हरसिमरन वीर ਬੇਫਿਕਰ ਰਹੋ ਬਾਈ ਮੈਂ ਹੈਗਾ ਇੱਧਰ ਉਧਰ ਸਾਡੀ ਜ਼ਿੰਦਗੀ ਦਾ ਮਾਣ ਆ ਸਾਡਾ ਵੱਡਾ ਵੀਰ ਆ ਬਾਈ ਹਰਸਿਮਰਨ ਧਾਲੀਵਾਲ ਕੈਨੇਡਾ ਭਰਾ ਸਾਡਾ ਸਤੀਰ ਵਾਲੀ ਪਿੰਡ ਤੋਂ ਵੀ ਲਾਈਵ ਜੁੜਿਆ ਅੱਜ ਦੇ ਸਮੇਲੇ ਦੇ ਨਾਲ ਉਸ ਵੀਰ ਦੇ ਲਈ ਦੁਆਵਾਂ ਨੇ ਭਰਾ ਸਾਡਾ ਔਰ ਜਦੋਂ ਜਦੋਂ ਵੀ ਵੀਰ ਇਹਨਾਂ ਮੈਚਾਂ ਦੇ ਲਈ ਔਰ ਇਹਨਾਂ ਮੈਚਾਂ ਨੂੰ ਲਾਈਵ ਤੱਕਦਾ ਹੈ ਤੇ ਵੱਡੀਆਂ ਸਕੀਮਾਂ ਭਰਾ ਸਾਡੇ ਜਿਹੜੇ ਲਾਉਂਦੇ ਆ ਖੇਡ ਵਾਲੀਵਾਲ ਨੂੰ ਪ੍ਰਮੋਟ ਕਰਦੇ ਨੇ ਹਰਸਿਮਰਨ ਧਾਲੀਵਾਲ ਵੀ ਸਾਡਾ ਵੀਰ ਜੁੜਿਆ ਹੋਇਆ ਹੈ ਪਰ ਸਾਹਮਣੇ ਹੁਣ ਫਾਈਨਲ ਮੈਚ ਆ ਬਹੁਤ ਸੋਹਣੀ ਟੱਕਰ ਹੋਵੇਗੀ ਕਿੰਨੇ ਪੁਆਇੰਟਾਂ ਦਾ ਮੈਚ ਹੈ ਵੀਰੇ ਲਾਵੀ ਠੀਕ ਹੈ ਜੀ 19 ਪੁਆਇੰਟਾਂ ਦਾ ਮੈਚ ਹੈ ਜੀ ਜੱਸਾ ਕਵਾਟਾ ਮਾਰ ਗਿਆ ਜੋਕੀ ਵਾਲੇ ਨੂੰ ਰੇ ਮੈਚ ਆ ਔਰ ਦੇਖਾਂਗੇ ਪਹਿਲਾ ਨੰਬਰ ਹੁਣ ਕੌਣ ਜੜੂਗਾ ਕੱਲੇ ਕੱਲੇ ਪੁਆਇੰਟ ਦੀ ਕਾਊਂਟਿੰਗ ਕੀਤੀ ਜਾਣੀ ਹੈ ਕੱਲੀ ਕੱਲੀ ਗਲਤੀ ਨੋਟ ਕੀਤੀ ਜਾਵੇਗੀ ਰੈਂਜਾਂ ਸਾਈਕਲਾਂ ਦੇ ਫੈਸਲੇ ਹੋਣ ਗਏ ਪਹਿਲੀ ਸਰਵਿਸ ਸ਼ਹਿਬਾਜ਼ਪੁਰੀਏ ਸੱਤੇ ਦੇ ਕੰਨ ਨੂੰ ਰੈਂਜਰ ਸਾਈਕਲ ਵੀਰੇ ਕਹਿੰਦੀ ਆ ਔਰ ਨਾਲ ਮੈਂ ਤੱਕਦਾ ਖੱਬੇ ਪਾਸੇ ਰਾਜਕੋਟ ਦਾ ਗੋਪੀ ਆ ਚੜ੍ਹਦੀ ਜਵਾਨੀ ਮੁੱਚ ਫੁੱਟ ਗੱਭਰੂ ਤੇ ਲਾਲਾ ਪਾਲਾ ਮੇਲਾ ਲੈਂਦਾ ਲੁੱਟ ਗੱਭਰੂ ਨਾਲ ਕਦੇ ਸੱਜੇ ਪਾਸੇ ਰਾਜਕੋਟ ਦਾ ਜਿੰਦਰ ਖੜਾ ਇੱਕ ਪਾਸੇ ਹੈਪੀ ਆ ਸਰਦਾਰ ਤੇ ਨਾਲ ਗੁਰਤੇਜ ਵਰਗੇ ਉਹ ਵਾਲੀਆਂ ਦੀ ਦੁਨੀਆਂ ਦੇ ਵਧੀਆ ਖਿਡਾਰੀ ਦੇ ਔਰ ਨਿੱਟ ਤੇ ਅਰਸ਼ ਮੋਟਾ ਖੇਡਦਾ ਦੋ ਕਹਿੰਦੇ ਬੈਸਟ ਖਿਡਾਰੀ ਕੱਢੇ ਜਾਣਗੇ ਖੇਡ ਦੇ ਮੈਦਾਨ ਦੇ ਵਿੱਚੋਂ ਦੇਖਾਂਗੇ ਕਿਹੜੇ ਉਹ ਭਾਗਾਂ ਵਾਲੇ ਹੋਣਗੇ ਖਿਡਾਰੀ ਜਿਹੜੇ ਬੈਸਟ ਬਣਨਗੇ ਅੱਜ ਦੇ ਸਖੇ ਟੂਰਨਾਮੈਂਟ ਦੇ ਮਾਣੂ ਕੇ ਗਿੱਲਾਂ ਦੀ ਧਰਤੀ ਆ ਇਤਿਹਾਸ ਜਿਹੜਾ ਸਿਰਜਿਆ ਜਾ ਰਿਹਾ ਹੈ ਵੀ ਕੱਟਿਆ ਵਿਚਾਲੇ ਨਿੱਟ ਪਈਆਂ ਨੇ ਉਦੋਂ ਵੱਡੀਆਂ ਤੇ ਬਾਹਰ ਬੈਠੇ ਲੋਕਾਂ ਵਿੱਚ ਗੱਲਾਂ ਹੁੰਦੀਆਂ ਔਰ ਟੀਮਾਂ ਤੇ ਦੋਨੋਂ ਚੰਗੀਆਂ ਤੇ ਮਾਰ ਮਾਰ ਸ਼ਾਟਾਂ ਭੈੜੇ ਕੱਢਣਗੇ ਅੱਗ ਬਈ ਕੌਣ ਕਿੰਨੇ ਪਾਣੀ ਵਿੱਚ ਪਤਾ ਜਾਣਾ ਲੱਗ ਪਈ ਹੈ ਕੌਣ ਕਿੰਨੇ ਪਾਣੀ ਵਿੱਚ ਪਤਾ ਜਾਣਾ ਲੱਗ ਪਈ ਹੈ ਕੌਣ ਕਿੰਨੇ ਕੁ ਪਾਣੀ ਜਾ ਇਹ ਤੇ ਫੈਸਲੇ ਜਿਹੜੇ ਵਕਤ ਨੇ ਕਰਦੇ ਨੇ ਇੱਧਰ ਸੈਂਟਰ 'ਚ ਰਾਮਕੋਟ ਵਾਲਾ ਕਹਿੰਦੇ ਸੁਰੇਸ਼ਾ ਚੁੰਬਰ ਪਤਲਾ ਕਹਿੰਦੇ ਕਹਿਰਾ ਸ਼ਮਕ ਜਾ ਸ਼ਰੀਰਾ ਚੁੰਬਰ ਦਾ ਤੇ ਕਹਿੰਦੇ ਬਾਲਾਂ 'ਚੋਂ ਸਪੀਡ ਕਹਿੰਦੇ ਵੱਖਰੀ ਹੁੰਦੀ ਹੈ ਇਹ ਵੀ ਮੁੰਡੇ ਦੀ ਮਿਹਨਤ ਸਿਰ ਚੜ੍ਹ ਕੇ ਬੋਲ ਰਹੀ ਹੈ ਤੇ ਨਾਲ ਖੱਬੇ ਪਾਸੇ ਪ੍ਰਸ਼ਾਂਤ ਹੈ ਅਸ਼ਵਨੀ ਹੋਣੀ ਚੋਟੀ ਦੇ ਮਾਲ ਬਣ ਗਿਆ ਔਰ ਨਿਸ਼ਾਂਤ ਕਹਿੰਦੇ ਪਿਛਲੇ ਦਿਨੀ ਚੋਪਰ ਬੈਸਟ ਬਣਿਆ ਇਹ ਮੁੰਡੇ ਮੁਲਤਾਨੀਆਂ ਦੇ ਟੂਰਨਾਮੈਂਟ ਦੇ ਵੀ ਬਹੁਤ ਤਕੜਾ ਖੇਡੇ ਤੇ ਨਾਲ ਰਾਹੁਲ ਆ ਇਹ ਭਰਾ ਦੇ ਸਿਰ ਕਹਿੰਦੇ ਬਾਂਗਡੋਰ ਆ ਜਿਹੜੀ ਖੇਡ ਆ ਮੁੰਡਿਆਂ ਦੀ ਆ ਉਹ ਸਾਹਮਣੇ ਚੋਟੀ ਦਾ ਪ੍ਰਦਰਸ਼ਨ ਮੁੰਡੇ ਕਰ ਰਹੇ ਆ ਖੇਡ ਦੇ ਮੈਦਾਨ 'ਚ ਪਰ ਰਾਹੁਲ ਗਲਤੀ ਕਰ ਗਿਆ ਨਾ ਚਾਹੁੰਦਿਆਂ ਦੀ ਤੇ ਨੰਬਰ ਜਿਹੜਾ ਮੇਰੇ ਮਿੱਤਰੋ ਰਾਏਕੋਟ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ ਹੈ ਵੀ ਪੰਜਾਬ ਰਾਜਸਥਾਨ ਦਾ ਮੈਚ ਮਿੱਤਰੋ ਫਸ ਗਈਆਂ ਕੁੰਡੀਆਂ ਤੇ ਬਾਹਰ ਬੈਠੇ ਲੋਕਾਂ ਵਿੱਚ ਗੱਲਾਂ ਹੁੰਦੀਆਂ ਕਿ ਟੀਮਾਂ ਦੋਨੋਂ ਚੰਗੀਆਂ ਉਹ ਮਾਰ ਮਾਰ ਸ਼ਾਟਾਂ ਭੈੜੇ ਕੱਢਣ ਗਿਆ ਅੱਗ ਪਈ ਆ ਤੇ ਕੌਣ ਕਿੰਨੇ ਪਾਣੀ ਵਿੱਚ ਗੁਰੀ ਪਤਾ ਜਾਣਾ ਲੱਗ ਪਈ ਆ ਕੌਣ ਕਿੰਨੇ ਪਾਣੀ ਵਿੱਚ ਆਓ ਪਤਾ ਜਾਣਾ ਲੱਗ ਵੀ ਇਹ ਗੱਲ ਜਿਹੜੀ ਸਾਚਾ ਨਜ਼ਰ ਥੋੜੇ ਜਿਹੇ ਸਮੇਂ ਨੂੰ ਆਓ ਪਤਾ ਲੱਗ ਜਾਣਾ ਵੀ ਕਿਹੜੇ ਕਿੰਨੀ ਕੁ ਮਿਹਨਤ ਕੀਤੀ ਹੋਈ ਹੈ ਇਹ ਗੱਲ ਜਿਹੜੀ ਸੱਚ ਹੈ ਸਾਸਤਰੀ ਨਹੀਂ ਆਇਆ ਵੀਰੇ ਚੰਦਰ ਵਰਗੇ ਦੁਨੀਆ ਦੇ ਮਹਾਨ ਅਟੈਕਰ ਮੇਰੇ ਮਿੱਤਰੋ ਔਰ ਰਾਏਕੋਟ ਦੀ ਟੀਮ ਦੇ ਔਰ
ਨਾਲ ਮੈਂ ਵੇਖਦਾ ਵੀ ਸਹਿਬਾਜਪੁਰੀ ਦਾ ਸੱਦਾ ਸੱਜਣਾ ਤੂਫਾਨ ਖੇਡ ਵਾਲੀਬਾਲ ਦਾ ਲੰਬੇ ਸਮੇਂ ਤੋਂ ਇਹਨਾਂ ਗਰਾਊਂਡਾਂ ਨੂੰ ਜਿੱਤਦਾ ਆ ਰਿਹਾ ਲੰਬੀ ਪਾਰੀ ਦਾ ਘੋੜਾ ਨੌਜਵਾਨਾ ਆਓ ਵੇਖ ਸਾਹਮਣੇ ਇੱਧਰ ਨੰਬਰ ਇੱਕ ਹੋਰ ਦੇ ਜਿਹੜੇ ਵਾਧੇ ਕਰ ਦਿੱਤੇ ਆ ਜਿਹੜੇ ਵੀ ਇਹ ਦੋ ਬੈਸਟ ਪਲੇਅਰ ਕੱਢਣੇ ਆ ਉਹ ਵੀ ਕਿਹੜਿਆ ਨੈਟਮੈਂਟ ਤੇ ਸ਼ੂਟਰ ਜੀ ਓਕੇ ਜੀ ਨੈਟਮੈਂਟ ਤੇ ਸ਼ੂਟਰ ਉਹ ਜਿਹੜੇ ਦੋ ਬੈਸਟ ਪਲੇਅਰ ਕੱਢੇ ਜਾਣਗੇ ਇਹ ਵੀਰਾਂ ਵੱਲੋਂ ਜਿਹੜੀ ਆ ਔਰ ਮੇਰੇ ਮਿੱਤਰੋਂ ਡਿਕਲੇਅਰ ਕੀਤਾ ਗਿਆ ਬਾਈ ਗੁਰਮੁਖ ਹੋਣਿਆਂ ਨੇ ਵੱਡੇ ਮਾਣ ਕਰਨੇ ਆ ਪਲੇਅਰਾਂ ਦੇ ਨੌਜਵਾਨ ਵੀ ਮਾਣ ਸਨਮਾਨ ਆਓ ਸਾਨੂੰ ਪਾਪਾ ਜੀ ਨੇ ਬਖਸ਼ੇ ਅੱਜ ਥੱਲੇ ਗੱਡੀਆਂ ਤੇ ਕਦੇ ਸੀਗੇ ਰਖਸ਼ੇ ਸਾਡੀ ਮਿਹਨਤ ਨੂੰ ਫਲ ਲੱਗਾ ਵੇਖ ਕੇ ਚੁਗਲਾਂ ਦੇ ਕਿਉਂ ਨਾਗ ਲੜਦੇ ਸਾਨੂੰ ਰੱਬ ਨੇ ਤਰੱਕੀਆਂ ਦਿੱਤੀਆਂ ਆਹ ਲੋਕਾਂ ਦੇ ਕਿਉਂ ਦਿਲ ਛੱਡਦੇ ਔਰ ਸਾਨੂੰ ਰੱਬ ਨੇ ਤਰੱਕੀਆਂ ਦਿੱਤੀਆਂ ਸ਼ਰੀਕਾਂ ਦੇ ਕਿਉਂ ਦਿਲ ਸੜਦੇ ਆਹ ਮੁੰਡੇ ਕਹਿੰਦੇ ਜ਼ੋਰ ਲਾ ਰਹੇ ਨੇ ਪਹਿਲੇ ਨੰਬਰ ਤੇ ਦੂਜੇ ਨੰਬਰ ਦੀ ਗੱਲਬਾਤ ਜਿਹੜੀ ਵੱਡੀ ਹੁੰਦੀ ਆ ਵੀ ਫਾਈਨਲ ਖੇਡੀਆਂ ਟੀਮਾਂ ਇਹ ਕਹਿੰਦੇ ਗੱਲ ਵੱਡੀ ਬਣ ਜਾਂਦੀ ਹੈ ਆ ਵੀ ਸ਼ਹਿਬਾਜਪੁਰ ਵਾਲੇ ਆ ਔਰ ਦੁਨੀਆਂ ਦੇ ਵਿੱਚ ਨਾਮ ਬੜਾ ਵੱਡਾ ਰੁਤਬਾ ਬੜਾ ਵੱਡਾ ਕਮਾਇਆ ਪਰ ਜੇ ਆਹ ਮੈਚ ਜਿੱਤੇ ਅੱਜ ਬੈਸਟ ਬਣੇ ਤੇ ਗੱਲ ਦੇ ਫੇਲ ਟਿਕਾਣੇ ਲੱਗਦੀ ਹੈ ਇਧਰਲੇ ਪਾਸੇ ਮੁੰਡਾ ਨਵੀਂ ਉਮਰ ਦਾ ਹੈ ਗੱਲ ਵਿੱਚ ਗਾਂਧੀ ਹੈ ਔਰ ਚੜ੍ਹਦੀ ਜਵਾਨੀ ਹੈ ਅੱਖ ਮਸਤਾਂਦੀ ਹੈ ਤੇ ਪਾਲਾਂ ਕਹਿੰਦੇ ਚੋਬਰ ਵੱਡੇ ਵੱਡੇ ਖੱਬੀ ਖਾਨਾਂ ਤੇ ਲਾਉਣ ਦਾ ਜਿਗਰਾ ਰੱਖਦਾ ਹੈ ਵੀ ਜਿਗਰਾ ਦਲੇਰ ਪੂਰੀ ਬਾਬੇ ਦੀ ਹੈ ਮੇਹਰ ਔਰ ਸ਼ੀੜੀ ਮਾਤੇ ਦੇ ਥਾਪੀ ਹੈ ਤੇ ਬਾਪੂ ਆਖਦਾ ਹੈ ਸ਼ੇਰ ਸੁੱਖੀ ਲੋਪੋ ਲਿਖੇ ਸਾਡੀ ਜਾਨ ਵਾਲੇ ਕਿੱਸੇ ਤੇ ਪਾਣੀ ਵਗਦੇ ਪਿਛਾਂ ਵੱਲ ਮੋੜ ਦਿੰਦੇ ਆ ਔਰ ਮਿੱਤਰਾਂ ਦੀ ਹਿੰਡ ਵੀ ਲਦੇੜ ਵਰਗੀ ਹੈ ਦੰਦੇ ਪੱਕੀਆਂ ਕਰਾਰੀਆਂ ਦੇ ਭੋੜ ਦਿੰਦੇ ਆ ਮਿੱਤਰਾਂ ਦੀ ਹਿੰਡ ਵੀ ਲਦੇੜ ਵਰਗੀ ਔਰ ਸਾਹਮਣੇ ਤੂਫਾਨ ਵਾਲੀਬਾਲ ਦਾ ਟਰਾਈ ਤੇ ਕਰਦਾ ਰਾਮਕੋਟ ਵਾਲਿਆ ਲਾ ਦੇਖਾ ਬਾਲਾਂ ਦੋ ਚਾਰ ਔਰ ਸਾਹਮਣੇ ਸੁਰੇਸ਼ ਕੁਮਾਰ ਕਰ ਗਿਆ ਲਾ ਵੀ ਬਈ ਵਾਲੀ ਆ ਦੱਸੋ ਕਿੰਨੇ ਕਿੰਨੇ ਸੋਹਣੇ ਆ ਵੀਰਾ ਪੁਆਇੰਟ ਹੋ ਗਿਆ ਦੋਨਾਂ ਟੀਮਾਂ ਦੇ ਬੜੀਆਂ ਲੰਬੀਆਂ ਰਾਹਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ ਬੱਲੇ 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 ਹੋਈ ਪਈ ਆ ਖੇਡ ਦੇ ਮੈਦਾਨ ਦੇ ਵਿੱਚ ਕਿਹੜੇ ਗੱਭਰੂ ਨੇ ਜਿੱਤਣਾ ਅੱਜ ਮੇਰੇ ਮਿੱਤਰੋ ਰੈਂਜਰ ਸਾਈਕਲ ਵਕਤ ਦੇ ਫੈਸਲੇ ਕਰਦੇ ਆ ਖਿਡਾਰੀ ਸਾਰੇ ਜ਼ੋਰ ਲਾ ਰਹੇ ਆ ਵੀ ਜ਼ੋਰ ਤੇ ਜਵਾਨੀ ਹੁੰਦੀ ਹੈ ਉਮਰਾਂ ਦਾ ਖੇਡ ਬਈ ਇਹਦੇ ਵਿੱਚ ਹੁੰਦਾ ਯਾਰੋ ਸਾਨਾ ਵਾਲਾ ਭੇਡ ਬਈ ਹੈ ਇਹਦੇ ਵਿੱਚ ਹੁੰਦਾ ਯਾਰੋ ਸਾਨਾ ਵਾਲਾ ਭੇਡ ਬਈ ਹੈ ਔਰ ਗੁਰਲਾਲ ਗੱਲ ਕਰੂਗਾ ਚੱਲਦੇ ਮੈਚ ਦੀ ਲਾਓ ਸਾਹਮਣੇ ਖੇਡ ਗਰਾਊਂਡ ਦੇ ਵਿੱਚ ਮੇਰੇ ਮਿੱਤਰੋ ਔਰ ਸਿਆਣੇ ਕਹਿੰਦੇ ਆ ਵੀ ਹਾਰ ਨੂੰ ਜਿਹੜਾ ਹਾਰ ਪਿਆਰਾ ਮਿੱਤਰ ਔਰ ਸਭ ਤੋਂ ਲੰਬੀ ਪਾਰੀ ਦਾ ਘੋੜਾ ਔਰ ਸੱਤਾ ਸਹਿਬਾਜਪੁਰੀ ਦੀ ਧਰਤੀ ਦਾ ਮੇਰੇ ਮਿੱਤਰੋ ਤੂਫਾਨ ਵਾਲੀਬਾਲ ਦਾ ਔਰ ਗੁੱਪੀ ਵਰਗੇ ਜਿੰਦਰ ਵਰਗੇ ਬਾਬੇ ਵਰਗੇ ਹੈਪੀ ਵਰਗੇ ਦੁਨੀਆਂ ਦੇ ਟੌਪ ਦੇ ਖਿਡਾਰੀ ਜਿਹੜੇ ਆਓ ਖੇਡ ਰਹੇ ਇਸ ਚੱਲਦੇ ਹੋਏ ਮੈਚ ਦੇ ਵਿੱਚ ਪਰ ਸਾਹਮਣੇ ਵਾਹ ਮਿੱਤਰਾ ਸ਼੍ਰੇਸ਼ ਰਾਮਕੋਟ ਦੀ ਧਰਤੀ ਦਾ ਔਰ ਗੱਭਰੂ ਕਹਿੰਦੇ ਕਮਾਲ ਕਰ ਗਿਆ ਅੱਜ ਬਟਾਕੇ ਦਾ ਪਿੰਡ ਆ ਮੇਰੇ ਮਿੱਤਰੋ ਆ ਗੱਭਰੂ ਵੀ ਕਹਿੰਦੇ ਬਾਗਾਂ ਦੇ ਇਲਾਕੇ ਦਾ ਔਰ ਚੜ੍ਹਦੇ ਆ ਵੀਰਾ ਨੈਟ ਉੱਤੇ ਕਰਦੀ ਸਰਚ ਦੁਨੀਆ ਨਾਹੀ ਕੋਰਟਾਂ ਦੇ ਵੈਲੀ ਐਡਰੈਸ ਪੁੱਛਦੇ ਪੈਲੀਆਂ ਦੇ ਵਿੱਚ ਵਲ ਪਾ ਜਾਂਦੇ ਨੇ ਲਾਕਡਾਊਨ ਵਿੱਚ ਵਲ ਦਿੱਤੇ ਪੁੱਛਦੇ ਧੁਰੋ ਜਦੋਂ ਖਾਰਜ ਅਪੀਲਾਂ ਹੁੰਦੀਆਂ ਮੱਠੀਆਂ ਦੇ ਖਾਰਜ ਅਪੀਲਾਂ ਹੁੰਦੀਆਂ ਨਥਾਣੇ ਵਾਲਿਆ ਵਕਾਲਤਾਂ ਦੇ ਮੁੱਖ ਡਿੱਗਦੇ ਛਾਪਣ ਦੀ ਝਾਪਾਂ ਤੋਂ ਵਿਧੇ ਵੇਖੇ ਨੇ ਹਕੂਮਤਾਂ ਨੂੰ ਪੈਂਦੇ ਨੇ ਹੁਕਮ ਸੁਣਨੇ ਔਰ ਚੱਟ ਦੀ ਜ਼ਬਾਨ ਤਾਂ ਮੈਂ ਲੈਂਦੇ ਦੇਖੇ ਨੇ ਇਹ ਕਹਿੰਦੇ ਨਥਾਣੇ ਵਾਲੇ ਨੇ ਲਿਖਿਆ ਗੱਲ ਕਹਿੰਦੇ ਲਾਦੀ ਆ ਟਿਕਾਣੇ ਭਰਿਆ ਸਾਡੇ ਨੇ ਗੱਲ ਤੇ ਸਮੇਂ ਦੀ ਆ ਫੇਰ ਉੱਥੇ ਆ ਕੇ ਖੜ ਗਈ ਗੱਲ ਵੀ ਜਦੋਂ ਮਾੜਾ ਟਾਈਮ ਹੁੰਦਾ ਨਾ ਤੇ ਜੱਜਾਂ ਨੂੰ ਜ਼ਮਾਨਤਾਂ ਲੈਣੀਆਂ ਪੈਂਦੀਆਂ ਨੇ ਆਓ ਸਾਹਮਣੇ ਨੰਬਰ ਇੱਕ ਹੋਰ ਜੋਗੀਆਲ ਦੀ ਟੀਮ ਦੇ ਖਾਤੇ ਦੇ ਵਿੱਚ ਮੇਰੇ ਮਿੱਤਰ ਜਿਹੜਾ ਚਾਹ ਜੁੜ ਗਿਆ ਵੀ ਚੜ ਜਾਵੇ ਗੁੱਡੀ ਤੇ ਪੌਦੀ ਆ ਹਵਾ ਨੀ ਕਰੀਦੀ ਹੈ ਵਿੱਚ ਹੰਕਾਰ ਆ ਕੇ ਗੱਲ ਨੀ ਕਰੀਦੀ ਹੈ ਉਹਦੇ ਰੰਗਾਂ ਦਾ ਕੁਝ ਪਤਾ ਲੱਗੇ ਨਾ ਕਈ ਵਾਰੀ ਡਰਦੇ ਦੁੱਖ ਪੈਂਦੇ ਚਰਦੇ ਤੇ ਕਰਦਾ ਏ ਮਾਣ ਦੱਸ ਕਿਹੜੀ ਗੱਲ ਦਾ ਇੱਥੇ ਜੱਜਾਂ ਨੂੰ ਵੀ ਪੈਂਦੇ ਆ ਵਕੀਲ ਕਰਦੇ ਆਓ ਸਾਹਮਣੇ ਕਮਾਲ ਹੋ ਗਈ ਆ ਜੋਗੀ ਵਾਲੀ ਇਹ ਮੁੰਡਿਆਂ ਨੇ ਨੰਬਰ ਜਿਹੜੇ ਤਿੰਨ ਕਰ ਲਏ ਆ
ਰਾਏਕੋਟੀਆਂ ਦੇ 2 ਪੁਆਇੰਟ ਆ 3 ਤੇ 2 ਦੀ ਟੱਕਰ ਆ ਆ ਪੁਆਇੰਟ ਕਹਿੰਦੇ ਚੌਥਾ ਵੀ ਜੁੜ ਗਿਆ 4-2 ਜੀ ਸਹਿਬਾਜਪੁਰੇ ਵਾਲਿਆ ਧਿਆਨ ਕਰਨਾ ਪੈਣਾ ਇਹ ਨਵੇਂ ਮੁੰਡੇ ਆ ਆਓ ਕਹਿੰਦੇ ਉੱਡਦੇ ਸੱਪਾਂ ਨੂੰ ਜਦੋਂ ਨੱਥ ਪਾਉਣੀ ਹੋਵੇ ਤੇ ਫੇਰ ਪੀਣ ਵਾਲੀ ਰੀਝ ਨਾ ਵਜਾਉਣੀ ਪੈਂਦੀ ਹੈ ਸੋਹਣਿਆ ਆਓ ਨੰਬਰ ਜੇ ਚੋੜਨਾ ਤੇ ਤਕੜਾ ਹੋਣਾ ਪੈਣਾ ਇਹ ਸਾਹਮਣੇ ਸਵਾਦ ਵੱਖਰਾ ਬੱਲੇ ਆਓ ਬੱਲੇ 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 ਰੱਬ ਉੱਤੇ ਤੇ ਧਰਤੀ ਥੱਲੇ ਤੇ ਵਿਚਾਲੇ ਕਹਿੰਦੇ ਮਾਰੂ ਗੱਜ ਪਟਾਕੇ ਪੈਂਦੇ ਅੱਜ ਆਓ ਸਾਹਮਣੇ ਕਮਾਲ ਜਿਹੜੀ ਹੋਈ ਪਈ ਹੈ ਜ਼ੋਰ ਲੱਗਿਆ ਪਿਆ ਦੋਨੋਂ ਟੀਮਾਂ ਦੇ ਖਿਡਾਰੀਆਂ ਦਾ ਇੱਕ ਪਾਸੇ ਤੂਫਾਨ ਵਾਲੀਵਾਲ ਦਾ ਤੇ ਦੂਜੇ ਪਾਸੇ ਮੁੰਡੇ ਕਹਿੰਦੇ ਨਵੀਂ ਉਮਰ ਦੇ ਆ ਉਹ ਵੀ ਕਹਿੰਦੇ ਬੰਦੇ ਅਸੀਂ ਵੀ ਕਿਸੇ ਦੇ ਨਾਲੋਂ ਘੱਟ ਨੀ ਤੂੰ ਜੱਜ ਮੂਹਰੇ ਮੁੱਕਰੀ ਨਾ ਆਹ ਮੁੰਡਾ ਪਿਆਰ ਦਾ ਮੋੜ ਦੂਗਾ ਜੱਟ ਨੀ ਤੂੰ ਜੱਜ ਮੂਹਰੇ ਆਹ ਮੁੱਕਰੀ ਨਾ ਆਹ ਮੁੰਡੇ ਕਹਿੰਦੇ ਕਮਾਲ ਕਰੀ ਆਉਂਦੇ ਆ ਆਹ ਮੈਚ ਮੇਰੇ ਮਿੱਤਰ ਵੱਡੇ ਆ ਖੇਡ ਗਰਾਊਂਡ ਦੇ ਵਿੱਚ ਗੱਭਰੂਆਂ ਨੇ ਕਹਿੰਦੇ ਕਮਾਲ ਕਰ ਦਿੱਤੀ ਹੈ ਨੰਬਰ ਇੱਕ ਹੋਰ ਦੇ ਵਾਧੇ ਆਪਣੀ ਟੀਮ ਦੇ ਲਈ ਖੇਡ ਗਰਾਊਂਡ ਦੇ ਵਿੱਚ ਗੱਭਰੂ ਨੇ ਜਿਹੜੇ ਜੋੜ ਦਿੱਤੇ ਆ 6-2 ਦੀ ਟੱਕਰ ਆ ਗੁਰਲਾਲ ਹੋਰ ਕਰ ਗੱਲ ਸੋਹਣਿਆ ਵੀਰਾ 6-2 ਲਾਓ ਸਾਹਮਣੇ 6-2 ਦੀ ਟੱਕਰ ਹੈ ਵੀ ਕਿਲੇ ਸ਼ਿਕਵੇ ਦੂਰ ਨੀ ਹੋਏ ਭੈਣ ਭਰਾਵਾਂ ਦੇ ਕਿਹੜੀ ਕਲੈਣੀ ਅੱਗ ਚ ਸੜ ਕੇ ਰਿਸ਼ਤੇ ਸਾਹਾਂ ਦੇ ਜੋਰ ਕਿਸੇ ਦਾ ਚੱਲੂ ਦੱਸ ਕੀ ਉਸ ਠਾਡੇ ਦੇ ਅੱਗੇ ਉੱਥੇ ਤੁਰ ਗਿਆ ਛੱਡ ਕੇ ਬਾਈ ਜੀ ਕਮੈਂਟ ਕਰਿਆ ਨਹੀਂ ਜਾਂ ਰੋਕੇ ਕਮੈਂਟ ਕਰਿਓ ਇੱਕ ਭਰਾ ਹੈਲੋ ਲੈ ਕੇ ਓਏ ਵੀ ਉੱਡ ਗਈ ਆਸ ਪਾਰਸਾ ਮੁੱਕ ਗਈ ਔਰ ਰੋਂਦੀ ਰੋਂਦੀ ਭੈਣ ਨੇ ਰੱਖੜੀ ਮੁੱਠੀ ਦੇ ਵਿੱਚ ਘੁੱਟ ਲਈ ਬਾਈ ਰੋਂਦੀ ਰੋਂਦੀ ਭੈਣ ਨੇ ਰੱਖੜੀ ਮੁੱਠੀ ਦੇ ਵਿੱਚ ਘੁੱਟ ਲਈ ਇਹ ਗੱਲ ਜਿਹੜੀ ਸੱਚ ਹੈ ਮਿੱਤਰਾ ਮੈਚ ਬੜਾ ਚੋਟੀ ਦਾ ਆਹ ਗਰਾਊਂਡ ਦੇ ਵਿੱਚ ਖੇਡਿਆ ਜਾ ਰਿਹਾ ਇੱਧਰ ਕਹਿੰਦੇ ਸੁਰੇਸ਼ ਰਾਮਕੁੜ ਦੀ ਧਰਤੀ ਦਾ ਵੀ ਕੱਲੇ ਵਾਲ ਨੀ ਵਧਾਏ ਜਾਂਦੇ ਮੇਰੀਏ ਇਧਰਲੇ ਪਾਸੇ ਜੋਗੀਵਾਲ ਦੇ ਔਰ ਸਾਹਮਣੇ 2 ਪੁਆਇੰਟ ਦਾ ਟੱਕਰਾ ਵੀ ਰਾਏਕੋਟ ਦੇ ਆ ਆ ਨਵੇਂ ਮੁੰਡਿਆਂ ਨੂੰ ਜੇ ਕਾਬੂ ਕਰਨਾ ਤੇ ਹੱਲ ਕੋਈ ਹੋਰ ਕਰਨਾ ਪੈਣਾ ਏ ਬੱਲੇ 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 ਭਾਉ ਮੁੰਡਿਆ ਕਮਾਲ ਕਰੀ ਪਈ ਆ ਇਧਰ ਤੂਫਾਨ ਆ ਸ਼ਹਿਬਾਜਪੁਰੇ ਰਾਮਕੋਟ ਵਾਲਾ ਦੇ ਤਾਂ ਦੇ ਉੱਤੇ ਪਹਿਲਾਂ ਤੁਰਿਆ ਹੁੰਦਾ ਅੱਜ ਰਾਮਕੋਟ ਵਾਲਾ ਦੇ ਤਾਂ ਦੇ ਉੱਤੇ ਜਿਹੜਾ ਪਹਿਲਾਂ ਤੁਰਿਆ ਹੁੰਦਾ ਵੀ ਦਿਨ ਉਹ ਭੁੱਲੀਏ ਨਾ ਜਦੋਂ ਸਾਈਕਲ ਸੀ ਥੱਲੇ ਤੇ ਹੋਇਆ ਕੀ ਜੇ ਬਾਬੇ ਨੇ ਕਰਾ ਦੀ ਬੱਲੇ ਬੱਲੇ ਰੱਜੇ ਹੋਈਏ ਆਪ ਤੇ ਭੁੱਖਾ ਲੱਗੇ ਹਰ ਕੋਈ ਇੰਨੇ ਸਮਾਨੀ ਹੱਥ ਲੱਗਣੇ ਨੀ ਚਾਹੀਦੇ ਔਰ ਦੋ ਚੀਜ਼ਾਂ ਬੰਦੇ ਨੂੰ ਨੇ ਮਾਰ ਦਿੰਦੀਆਂ ਬਈ ਪੈਰ ਤੇ ਅਸੂਲ ਕਦੇ ਆਓ ਛੱਡਣੇ ਨੀ ਚਾਹੀਦੇ ਆਹ ਦੋ ਚੀਜ਼ਾਂ ਬੰਦੇ ਨੂੰ ਨੇ ਮਾਰ ਦਿੰਦੀਆਂ ਵੀਰੇ ਪੈਰ ਤੇ ਅਸੂਲ ਨੌਵਾਂ ਵੀ ਜੁੜ ਗਿਆ ਆਓ ਕਦੇ ਛੱਡਣੇ ਨੀ ਚਾਹੀਦੇ ਅੱਜ ਤੇ ਬੋਲ ਵਾਲਾ ਮੁੰਡਿਆਂ ਦਾ ਬਹੁਤ ਵੱਡਾ ਜੋਗੀ ਵਾਲਾ ਪਿੰਡ ਆ ਮੇਰੇ ਮਿੱਤਰੋ ਆਹ ਧਰਤੀ ਕਹਿੰਦੇ ਰਾਜਸਥਾਨ ਦੀ ਆਓ ਚਰਚੇ ਆ ਮੇਰੇ ਮਿੱਤਰ ਖੇਡ ਦੇ ਗਰਾਊਂਡ ਦੇ ਵਿੱਚ ਆਓ ਵੱਡੀ ਮਿਹਨਤ ਆ ਇਹਨਾਂ ਮੁੰਡਿਆਂ ਦੀ 10-2 ਤੋਂ ਸਾਈਡਾਂ ਗਏ ਨੇ ਵੀਰੇ ਤੇ ਕਾਰਨਾਮੇ ਵੱਡੇ ਆ ਕਹਿੰਦੇ ਤੇ ਕਹਾਉਂਦੇ ਕੰਡੇ ਪਹਿਲੀ ਅੱਜ ਕੱਢੇ ਆ ਬੰਦੇ ਪੂਰੇ ਕਿੱਲ ਨਹੀਂ ਕਾਡਰ ਚ ਦਿਲ ਨਹੀਂ ਚੜ੍ਹਦੀ ਜਵਾਨੀ ਹਿੱਕਾ ਫਿਰ ਠਾਰ ਦੀ ਘੁੰਮਦੀ ਆ ਗੇਮ ਬੇਬੀ ਇੱਕ ਬੋਲ ਤੇ ਅੜਦੀ ਦਸੀ ਤੇ ਗੱਲ ਫੋਨ ਮਾਰਨੀ ਇੱਕ ਗੱਲ ਤੇ ਪੱਕੀ ਆ ਪ੍ਰਧਾਨ ਤਜਰਬਾ ਬਹੁਤ ਵੱਡੀ ਚੀਜ਼ ਹੈ ਇਹ ਗੱਲ ਜਿਹੜੀ ਸੱਚ ਹੈ ਤਜਰਬਾ ਬਹੁਤ ਵੱਡੀ ਚੀਜ਼ ਹੈ ਆਹ ਤਜਰਬੇ ਆ ਨਜ਼ਰ ਹੈ ਪ੍ਰਧਾਨ ਨੇ ਟਾਈਮ ਦੱਸਿਆ ਹੋਣਾ ਵੀ ਆਹ ਵੇਲੇ ਨੂੰ ਫਾਈਨਲ ਲਓ ਜੂ ਨਹੀਂ ਪ੍ਰਧਾਨ ਪ੍ਰਧਾਨ ਹੀ ਸਰ 10-2 ਆ ਜੀ ਪੁਆਇੰਟ 10 ਨੰਬਰ ਆ ਜੋਗੀਵਾਲ ਦੀ ਟੀਮ ਦੇ ਜੀ 2 ਪੁਆਇੰਟ ਆ ਰਾਏਕੋਟ ਦੀ ਟੀਮ ਦੇ 8 ਪੁਆਇੰਟਾਂ ਦਾ ਕਹਿੰਦੇ ਫਰਕ ਆ ਖੇਡ ਦੇ ਮੈਦਾਨ ਚ ਵੱਡੀ ਜਿਹੜੀ ਲੀਡ ਬਣਾਈ ਬੈਠੇ ਆ ਮੁੰਡੇ ਆਸੇ ਪਾਸੇ ਜਿੰਨੇ ਵੀ ਭਰਾ ਸਾਡੇ ਬੈਠੇ ਆ ਮੈਚਾਂ ਨੂੰ ਵੇਖਣ ਦੇ ਲਈ ਆ ਇਹਨਾਂ ਵੀਰਾਂ ਦਾ ਵੀ ਵਿਸ਼ੇ ਕਰਦੇ ਆਪਾਂ ਧੰਨਵਾਦ ਕਰਾਂਗੇ ਸਾਡਾ ਵੀਰ ਹੈ ਗੋਗਾ ਔਰ ਨਾਲ ਬਈ ਅੰਗਰੇਜ਼ ਇਹਨਾਂ ਭਰਾਵਾਂ ਦੀਆਂ ਯਾਦਾਂ ਨੂੰ ਜਿਹੜਾ ਤਾਜ਼ਾ ਕੀਤਾ ਜਾ ਰਿਹਾ ਹੈ ਇੱਕ ਸ਼ਰਧਾਂਜਲੀ ਹੈ ਇੱਕ ਟ੍ਰਿਬਿਊਟ ਜਿਹੜਾ ਇੱਥੇ ਟੂਰਨਾਮੈਂਟ ਦੇ ਜ਼ਰੀਏ ਦਿੱਤਾ ਜਾ ਰਿਹਾ ਹੈ ਆਓ ਸਾਹਮਣੇ ਕਹਿੰਦੇ ਮੁੰਡੇ ਇੱਧਰ 10-11 ਕਰਨ ਦੇ ਲਈ ਤਿਆਰ ਬਰ ਤਿਆਰ ਦੇ ਲਾ ਵੀ ਸ਼ਹਿਬਾਜਪੁਰੇ ਵਾਲਿਆ ਮੈਂ
जितना है तूफानी पारी खेडनी पैनी है। आ मुंडे पाला कहते भर भर के लाई तुरे आ खेड़ मैदान च उधरले पासे गोपी है इधरले पासे मेरे मित्र रामकोट वाला सुरेश आ भी चोबर की कहते चर्चा अचकल सत समुद्रों पार होती है भी जेबां विच भरे तेरे मेरे अलड़े रब दे हुंदे आ लैणे तेरे अलड़े आखदी हुंदी सी पहला पहला जट नूं आओ ही देखदा टिकाणे गल ला गया ते चेक कर ली कलौक जाके कंध ते ਵੱਡੀ ਸੂਈ ਤੇ ਯਾਰਾਂ ਦਾ ਟਾਈਮ ਆ ਗਿਆ ਚੈੱਕ ਕਰ ਲਈ ਕਲੌਕ ਆ ਜਾ ਕੇ ਕੰਧ ਤੇ ਵੱਡੀ ਸੂਈ ਤੇ ਯਾਰਾਂ ਦਾ ਟਾਈਮ ਆ ਗਿਆ ਆ ਵੀ ਚੱਲਦੇ ਟਾਈਮ ਦੇ ਮੁੰਡੇ ਵੱਡੇ ਮੰਨਦੇ ਸ਼ਹਿਬਾਜਪੁਰੇ ਵਾਲਿਆ ਲੋਕਾਂ ਕਹਿਣਾ ਵੀ ਤੂਫਾਨ ਆਇਆ ਤੇ ਸੀਗਾ ਪਰ ਉਹਨਾਂ ਤੂਫਾਨ ਠੱਲਦਾ ਇਹ ਲੋਕਾਂ ਗੱਲਾਂ ਕਰਦੀਆਂ ਵੀ ਤੂਫਾਨ ਆਇਆ ਸੀ ਤੇ ਜੋਗੀ ਵਾਲੀਏ ਚੋਬਰਾਂ ਨੇ ਤੂਫਾਨ ਨੂੰ ਬੰਨ ਕੇ ਖਿਲਾਰਤਾ ਗਿਆਰਾਂ रायकोट दा कहिंदे जिंदर ट्राइया करदा फिर तां क्लब यूके दी टीम एक वड्डी टीम है पर गलती एक होर गभरू ने ग्राउंड दे विच कर दित्ती है भी अणखी ना कदे किसे गल्लों थुड़िया मर्दा दे नाल है सर्कल जुड़िया जिहदी होवे बणी ओह कदे नहीं टोलदा ते झूठा बंदा हर थां तों खाली मुड़िया छड्डना नहीं एवें कहिंदे दिल चाहीदा मर्दा दे उत्ते चढ़दियां ते लैंदियां जोरां नाल शेर करदे आ राज नहीं होर किहड़ा जंगलां च वोटां पैंदियां आ जोरां नाल शेर करदे आ राज नहीं होर किहड़ा जंगलां च वोटा पैंदी है उधर सत्ते ने कल्ले कल्ले नूं समझाता भी छोटे वीरो आए ना करो आए ना करो मित्रा मसला पाओ तो पटा अज दे इस मेले दा सत्ता समझाउंदा नाल दे साथियां नूं छोटी उम्र दे आ पट्टे मल गभरू ग्राउंड दे विच भिड़ रहे हैं तेरह दो स्कोर अवरे तेरह दो तेरह जोगी वाला बेस्ट ऑन रेंजर साइकिल अवरे बोल पिया ला देंगे मानू कले स्पीकर पर आम तू नहीं बोलने होने चार बी तीन तेरह जी तीन तेरह का मुकाबला है तीन नंबर जेडे रायकोट की टीम के हो गए ने और तेरह नंबर है जेडे जोगीवाल की टीम के दसा पॉइंटा का फर्क कोई थोड़ा नहीं हों वी जी लीड बनाई बैठे मुंडे आ जे लीड पट्टनी है ते रायकोट वाले बाले तगड़े हो गए खेडना पैना आओ सामने रायकोट वाला कहते अर्श मोटा नंबर जोड़ गया अपनी टीम के लिए रायकोट के अर्श ने नंबर जोड़ा आओ चौथा जोड़ दिता अपनी टीम के लिए ਗੋਪੀ ਗੋਪੀ ਫਿੱਟ ਹੈ
पांच तेरा हो गए भाई तेरह ते चार सरबज एक बार फिर तो चेंज रहा है तेरह नंबर जोगी वाला चार नंबर रायगढ़ की टीम से तेरह चार आ जी तेरह जोगी वाला चार है बाल हो गोपी यार बहुत तगड़ी एंड गलबात बाल मारी मुड़े ने चार तेरह फिर चेंज है भाई चार ते तेरह दी खेड़न हाँ जी वीरे ओके जी चार ते जड़ी तेरह दी खेड़ ग्राउंड दे विच खेड़ी जा रही है लै मोटे अरश यारा तेरे सिर ते बहुत वड्डी खेड़ बहुत वड्डी जिम्मेवारी है नंबर जोड़ सोणिया वीरा आ करा चर्चे नवीन है बल्ले बल्ले ते करौनी पैणी है खेड़ दे मैदान दे विच लाओ सामने मेरे मित्र भी कदे उत्ते कदे थल्ले ते कदे पूरी बल्ले बल्ले कदे ता संभाले साथों जांदे नोट ना भी कदे कख हौले ना कमाइया रहिंदियां ते सदा ना हालात रहिंदे माणे बंदे दे ते सदा नहीं मित्रो चढ़ाइया रहिंदियां आओ सदा ना हालात रहिंदे माणे बंदे दे ते सदा नहीं मित्रो चढ़ाइया रहिंदियां पर मुंडा कहंदे आओ गोपी गलती कर गया और ना चौना भी कहंदे गलती बड़ी कर गया मुंडा भी रंगत मैं कहंदे फासत होंदे बुल्लां दी है ऐसी तैसी कर देंदी है फुल्लां दी है ते सारी उम्र ही सजा भुगतनी पैंदी है अक्सर वक्त तो पहला हुईयां भुल्लां दी है आओ मैं पत्थर दी बेड़ी लैके तुरिया वां मैनू की परवाह है छल्लां छुल्लां दी है मैं पत्थर दी बेड़ी लैके तुरिया वां मैनू की है परवाह है छल्लां छुल्लां दी है जोर कहिंदे ला रहे मुंडे एक पासे गोपी ते जिंदर दी जोड़ी है इधरले पासे प्रशांत वर्गे राहुल होनी आओ मुंडे कहिंदे कमाल करी तुरे आउंदे ने खेड़ दे मैदान च निशांत वर्गे अर्श मोटे वर्गियां दा कहिंदे पेंचा बड्डिया पिया होया मेरे मित्रों रेंजर साइकिल दिते जाने है टेस्ट खिलाड़ियों के लिए आओ कोई सिगरे दो लागे चार हो गए अगरविंदर ने मौके दा बड़ा मान मत्ता पेंदा है कबड्डी दे बड़े बड़े सितारियां नू कहिंदे जन्म दित्ता इस धरती ने खेडां नू प्यार करदे आ राय जिंदे मान बहुता दौलतां दा करिए बोलिए ना बोल मुंडा रब कोलो डरिए ते मूहो निकली गल ना मूह विच पैंदी है आओ जदों बंदा पैर छड्ड दे गुड्डी चढ़ी असमान नू डिग पैंदी है आओ जदों बंदा पैर छड्ड जे पर सत्ता गलती कर गया सहबाजपुरी दी धरती दा गबरू उपल परिवार दा बहुत लंबे समय तो आ नौजवान भी जितना आ रहा मेरे मित्रों किले पटुहे वाला अमरीक भी आया धन्यवाद करते हैं ये आल उपर दे मैच बहुत तकड़े खेलते हैं वाह भाई वाह कमाल हुई पई है रामकोट बाग
ਵਾਲਾ ਉਹ ਸਾਹਮਣੇ ਕਮਾਲ ਕਰ ਗਿਆ ਗੋਪੀ ਦੀ ਮਤਲਬ ਸਪੀਡ ਨਾਲ ਮਾਰੀ ਤੁਰਿਆ ਹੁੰਦਾ ਪਰ ਆ ਕਹਿੰਦੇ ਆ ਮੁੰਡੇ ਨੇ ਸਾਰੇ ਮੈਚਾਂ ਦੇ ਵਿੱਚ ਹੀ ਬੜੀਆਂ ਚੋਟੀ ਦੀਆਂ ਬਾਲਾਂ ਲਾਦੀਆਂ ਨੇ ਲਾ ਵੀ ਰਾਏਕੋਟ ਵਾਲਿਆ ਆ ਮੈਚ ਜੇ ਜਿੱਤਣਾ ਤੇ ਸੋਹਣਿਆ ਬਾਲਾਂ ਤੈਨੂੰ ਵੀ ਬਰਾਬਰ ਲਾਉਣੀਆਂ ਪੈਣਗੀਆਂ ਮੈਚ ਜੇ ਜਿੱਤਣਾ ਤੇ ਗੱਲ ਤੇ ਫੇਰ ਜਿਹੜੀ ਟਿਕਾਣੇ ਲੱਗਦੀ ਹੈ ਵੀ ਭਾਵੇਂ ਆਹ ਲੀਕਾਂ ਖਿੱਚਦੀਆਂ ਤੇ ਆ ਟੱਕਰਾ ਗਿਆ ਪੋਰਸ ਰਾਜ ਹੋਇਆ ਨੀ ਕਿਸੇ ਤੋਂ ਮਹਾਰਾਜੇ ਰਣਜੀਤ ਵਰਗਾ ਤੇ ਕੱਪੜੇ ਲਾ ਕੇ ਪੱਟਾਂ ਤੇ ਥਾਪੀਆਂ ਤੇ ਪੜਿਆ ਨੇ ਮਾਰੀਆਂ ਰਿੱਡਰ ਉੱਠਿਆ ਨੀ ਵੀ ਪਾਜੇ ਦੇ ਹਰਜੀਤ ਵਰਗਾ ਰਿੱਡ ਬੁੱਲ ਦਾ ਤਾਂ ਕਹਿੰਦੇ ਨਾ ਵੀ ਆ ਹਜ਼ਾਰ ਮੀਲ ਦੇ ਬੰਦਾ ਸਟਾਰ ਵਕ ਥਰ ਥਰ ਕੰਬਦੇ ਆ ਨਾਮ ਸੁਣ ਕੇ ਹਰੀ ਸਿੰਘ ਦਲੂਏ ਸਰਦਾਰ ਦਾ ਤੇ ਉਦੋਂ 53 ਫੁੱਟਾਂ ਕੀ ਬੈਕ ਲੱਗਣਾ ਬਈ ਜਿਹਦੇ ਹਾਲੇ ਤੱਕ ਆਹ ਲਸੰਸ ਨਹੀਂ ਲਿਆ ਕਾਰ ਦਾ ਤੁਰਤਾ ਪਜਾਮਾ ਜੇ ਰੂਹ ਨਾ ਸਵਾਇਆ ਹੋਵੇ ਨਾ ਤੇ ਕਹਿੰਦੇ ਢੂਈ ਭੰਨ ਦਿੰਦਾ ਜੀਂਦੀ ਤੇ ਇੰਡੀਆ ਚ ਟਰੈਕਟਰ ਤਾਂ ਬਾਹਰੋਂ ਬਣਿਆ ਗਏ ਪਰ 855 ਦੇ ਜੀਵ ਕਢਾਈਆ ਤੂੜੀ ਵਾਲੀ ਮਸ਼ੀਨ ਦੀ 3 ਸਪੀਡ 13 ਸਪੀਡ ਤੇ ਆਟੋ ਜੇ ਬੜੇ ਚਲਾ ਕੇ ਦੇਖ ਲਏ ਨਜ਼ਾਰਾ ਪਿੱਤਾ ਨੀ ਕਿਸੇ ਨੇ 18 ਦੇ ਗੇਰ ਵਰਗਾ ਔਰ ਰਫਲਾਂ ਦੇ ਬੜਿਆ ਬਾਬਿਆਂ ਕੋਲੇ ਆ ਰੰਡਿਆਂ ਵਾਲੇ ਵਾਲਿਆ ਪਰ ਦਬਕਾ ਹੈ ਨੀ ਕਿਸੇ ਦਾ ਭਿੰਡਰਾਂ ਦੇ ਸ਼ੇਰ ਵਰਗਾ ਦਬਕਾ ਹੈ ਨੀ ਕਿਸੇ ਦਾ ਭਿੰਡਰਾਂ ਦੇ ਸ਼ੇਰ ਵਰਗਾ ਜਿੰਨੀ ਕੁ ਸੰਗਤ ਬੈਠੀ ਆ ਭਿੰਡਰਾਂ ਵਾਲੇ ਸੰਤਾਂ ਵਾਲੇ ਜਿਹੜੇ ਜਿਹੜੇ ਜਾਣਦੇ ਨਾ ਇੱਕ ਵਾਰੀ ਤਾੜੀ ਮਾਰ ਦੋ ਮੇਰਾ ਵੀਰ ਬਣ ਕੇ ਸੰਤਾਂ ਦੀਆਂ ਵੱਡੀਆਂ ਕੁਰਬਾਨੀਆਂ ਵੱਡਾ ਇਤਿਹਾਸ ਹੈ ਨਾ ਵੀ 16 ਹੋ ਕੇ ਮੈਨੂੰ ਲੱਗਦਾ 16 ਤੇ 5 ਵੱਡਾ ਫਰਕ ਹੈ 11 ਪੁਆਇੰਟਾਂ ਦਾ ਸ਼ਹਿਬਾਜਪੁਰੇ ਵਾਲਿਆ ਇਹ ਫਰਕ ਇੱਥੋਂ ਕੱਢਿਆ ਵੀ ਜਾ ਸਕਦਾ ਹੈ ਜੇ ਤੁਸੀਂ ਚਾਹੋ ਤੇ ਇੱਥੋਂ ਮੈਚ ਵੀ ਜਿੱਤਿਆ ਜਾ ਸਕਦਾ ਆਹ ਸਾਹਮਣੇ ਪਾਲ ਦੀ ਫੈਂਟੀ ਜਿਹੜੀ ਹੱਥ ਚਾੜਦੀ ਪੈਣੀ ਹੈ ਨੰਬਰ 16 ਤੋਂ 17 ਕਰਨ ਦੇ ਲਈ ਇਹ ਮੁੰਡੇ ਤਿਆਰ ਬਰ ਤਿਆਰ ਮੁੰਡਿਆਂ 57ਵਾਂ ਜੋੜ ਦਿੱਤਾ ਅੱਜ ਦੇ ਬਾਹਲੇ ਫਿੱਟ ਹੋਏ ਫਿਰਦੇ ਆ ਮੁੰਡੇ ਰਾਜਸਥਾਨ ਵਾਲੇ ਵੀ ਲੇਲੇ ਦੇ ਮੁਰੱਬਾ ਇੱਕ ਰਾਜਸਥਾਨ ਅਮਰੀਕ ਵੀ ਆਇਆ ਭਰਾ ਸਾਡਾ ਵੀਰ ਕਹਿੰਦਾ ਵੀ ਅਸੀਂ ਅਜੇ ਮੈਚ ਖੇਡੇ 15 ਨੰਬਰਾਂ ਦਾ ਮੈਚ ਸੀ ਔਰ 27 ਗਲਤੀਆਂ ਇੱਕ ਮੁੰਡੇ ਦੀਆਂ ਸੀ ਅਮਰੀਕ ਦਾ ਵੀ ਮੁੰਡਿਆਂ ਨੇ ਵਿਸ਼ੇਸ਼ ਤੌਰ ਤੇ ਕੰਡਕਟ ਨੰਬਰ ਸਾਂਭ ਕੇ ਰੱਖਿਆ ਵੀ ਨਾਲੇ ਤੇ ਗਰਾਊਂਡ ਤਿਆਰ ਕਰਦੀ ਨਾਲੇ ਸਾਡੇ ਪਿੰਡ ਦੀ ਇਹ ਟੀਮ ਦੀ ਖੇਡਣਾ ਤੂੰ ਅਮਰੀਕ ਦਾ ਵੀ ਤਹਿ ਦਿਲੋਂ ਮੈਂ ਧੰਨਵਾਦ ਕਰਦਾ ਅੱਜ ਦੇ ਕਮਾਲ ਕਰਦੀ ਹੈ ਇਧਰ ਲਾਸਟ ਪੁਆਇੰਟ ਆ ਨੰਬਰ ਕੌਣ ਜੋੜੂਗਾ ਆਓ ਸਾਹਮਣੇ ਸਮਾਪਨ ਠੀਕ ਹੈ ਜੀ ਰਾਮਕੋਟ ਬਹੁਤ ਤਕੜਾ ਖੇਡਿਆ ਮੁੰਡਾ ਔਰ ਬਹੁਤ ਤਕੜਾ ਖੇਡਿਆ ਸੋਹਣਾ ਵੀਰਾਂ ਔਰ ਚੱਲਦਾ ਰਹਿੰਦਾ ਜ਼ਿੰਦਗੀ ਦੇ ਵਿੱਚ ਇੱਕ ਹਿੱਸਾ ਹੈ ਔਰ ਜਿੱਤਣਾ ਬਹੁਤ ਜ਼ਰੂਰੀ ਹੈ ਮੈਨੂੰ ਆਓ ਭਾਈ ਯਾਰ ਇੱਕ ਤੋਂ ਸਾਈਕਲ ਹੀ ਲਿਓ ਹਾਰਨਾ ਵੀ ਜ਼ਰੂਰੀ ਹੈ ਇਹ ਹਾਰਨਾ ਵੀ ਹਾਰਨਾ ਤਾਂ ਵੱਧ ਜ਼ਰੂਰੀ ਹੈ ਠੀਕ ਹੈ ਨਾ ਬਾਣੀ ਬੋਲਦੇ ਹੈ ਲਾਲੀ ਬਿੱਟੂ ਭਾਈ ਮੇਰਾ ਵੀਰ ਬਣ ਕੇ ਜਾਇਓ ਉਧਰ ਦੇ ਪਾਸੇ ਹਾਂ ਭਾਈ ਬਿੱਟੂ ਕਿੱਥੇ ਜੀ ਲਾ ਯਾਰ ਇਹ ਵੀ ਮੇਰਾ ਵੀਰ ਬਣ ਗਏ ਬਿੱਟੂ ਪੁਰਾਣੇ ਕਾ ਨਹੀਂ ਰੇ ਬੱਚਾ ਕੀ ਹਾਲ ਆ ਵਰਿੰਦਰ ਵੀਰੇ ਵਧੀਆ ਵਧੀਆ ਵਿਜੇ ਮਾਲਾ ਵਿਜੇ ਮਾਲਾ ਇੱਕ ਤੋਂ ਦੀ ਦੱਸ ਬਹੁਤ ਜ਼ੋਰ ਮਾਰ
सही है हैरी बराड़ भाई बेस्ट दस दें कोई गलती नहीं गोपी की सत्ते का मेरे एक पॉइंट है और जिंदर का भी एक पॉइंट है मोटे का एक पहला मैच अपना शूटर दस दिए ना नाल ही मेरे प्रशांत है जेड़ा मुंडा जोगी वाली आ प्रशांत के दो पॉइंट ने अश्वनी के भी दो पॉइंट और रामकोट वाले सुरेश के मेरे सत्त पॉइंट आ एक गलती है बेस्ट शूटर सुरेश रामकोट बेस्ट शूटर अज दे टूर्नामेंट का सुरेश रामकोट भाई साइकिल सूकल नेड़े ला लो कप कप भाई ला लियो साइकिल भी कप भी अर्श मोटा नेटमैन मेरे रायकोट वाला बेस्ट एक स्कोर है नेटमैन अर्श मोटा एक गलती है दूसरे मुंडे का ना कोई स्कोर ना कोई गलती है इस करके बेस्ट नेटमैन जेड़े ओ जॉइंट कर प्रबंधक वीर संपर्क भी कर सकते जी आओ मेरा वीर बन के हम आप जल्दी प्राइज लो जी ਲੈ ਵੀ ਆ ਜਾਓ ਮੇਰਾ ਵੀਰ ਬਣ ਕੇ ਪ੍ਰਬੰਧਕ ਵੀਰ ਕਹਿ ਰਿਹਾ ਵੀਰੇ ਵੀਰ ਜੇਕਰ ਕਿਸੇ ਖਿਡਾਰੀ ਵੀਰ ਨੂੰ ਕੋਈ ਸ਼ੱਕ ਸ਼ੁਲਾ ਹੈ ਤੇ ਮੇਰਾ ਵੀਰ ਬਣ ਕੇ ਆ ਕੇ ਹੁਣੇ ਸਾਡੇ ਨਾਲ ਗੱਲ ਕਲੀਅਰ ਤੁਸੀਂ ਕਰ ਸਕਦੇ ਹੋ ਪਹਿਲਾਂ ਬੈਸਟ ਸਾਦਲਾ ਬੈਸਟ ਪਹਿਲਾਂ ਬੈਸਟ ਆ ਜਾਓ ਮੁੱਢ ਤੇ ਭਾਈ ਜੀ ਪਹਿਲਾਂ ਬੈਸਟ ਆ ਜਾਣ ਮੇਰੀ ਬੇਨਤੀ ਆ ਆਓ ਵੀਰੇ ਯਾਰ ਦੇਖੋ ਜੋਗੀ ਵਾਲੀ ਤੁਸੀਂ ਵੀ ਦੂਰ ਜਾਣਾ ਰਾਜਕੋਟ ਤੁਸੀਂ ਵੀ ਦੂਰ ਜਾਣਾ ਸੁਰੇਸ਼ ਨੂੰ ਮਾਰਵਾ ਸੁਰੇਸ਼ ਰਾਮਕੋਟ ਆ ਜਾਣਾ ਸੁਰੇਸ਼ ਰਾਮਕੋਟ ਦੋਨੋਂ ਦੇਖ ਲੈਣ ਆ ਜਾਣ ਮੈਂ ਬੇਨਤੀ ਕਰਦਾ ਸੁਰੇਸ਼ ਕਿੱਥੇ ਰਹਿ ਗਿਆ ਸੁਰੇਸ਼ ਆ ਭੱਜ ਕੇ ਮੇਰੇ ਉਧਰ ਨੂੰ ਦੁੱਲਾ ਸਿੰਘ ਜੀ ਕਹਿੰਦੇ ਗਰਾਊਂਡ ਸਾਡਾ ਜਦੋਂ ਸੁੱਕਾ ਪਿਆ ਫਿਰ 12 ਵਜੇ ਆ ਜਾਓ ਲੈ ਵੀ ਤਾੜੀ ਮਾਰ ਦੋ ਯਾਰ ਜ਼ੋਰਦਾਰ ਮੁੰਡਿਆਂ ਦੇ ਲਈ ਬਹੁਤ ਸੋਹਣਾ ਖੇਡੇ ਰਾਮਕੋਟ ਵਾਲਾ ਸੁਰੇਸ਼ ਅੱਜ ਦੇ ਸਖੇ ਟੂਰਨਾਮੈਂਟ ਦਾ ਬੈਸਟ ਸ਼ੂਟਰ ਹੈ ਔਰ ਨੈਟਮੈਨ ਦੋਨੋਂ ਯਾਰ ਓ ਮੋਟੇ ਤਾੜੀ ਜ਼ੋਰਦਾਰ ਮਾਰ ਦੋ ਮੁੰਡਿਆਂ ਦੇ ਲਈ ਤੂੰ ਨਾਲ ਹੋ ਜਾ ਬਾਈ ਕੋਈ ਨਹੀਂ ਖੜ ਕੇ ਕਰਾ ਲਓ ਜੇ ਬੈਠ ਕੇ ਇੱਕ ਜਣਾ ਬਹਿ ਜਾਓ ਕੋਈ ਨਹੀਂ ਇੱਕ ਜਣਾ ਬਹਿ ਜਾਓ ਪਹਿਲਾਂ ਇਹ ਕਰਾ ਲੂ ਫੋਟੋ ਫਿਰ ਤੂੰ ਕਰਾ ਲਈ ਯਾਰ ਸਾਇ ਕਰ ਲੋ ਬਰਾਬਰ ਹੋ ਜਾਓ ਪਹਿਲਾਂ ਇਹ ਕਰਾ ਲੈਣਾ ਫਿਰ ਚਾਹੇ ਪਹਿਲਾਂ ਤੂੰ ਜਿਵੇਂ ਮਰਜ਼ੀ ਕਰ ਲੋ ਫੋਟੋ ਕਰਨੀ ਫੋਨ ਦੇ ਲੈ ਹੈਗਾ ਜਿੰਦਰ ਆ ਜਾ ਮੂਹਰੇ ਆ ਜਾ ਫੋਟੇ ਦੀ ਫੇਰ ਕਰ ਲਈ ਲਓ ਜੀ ਵੀਰੇ ਆਪਣੇ ਅੱਜ ਦੇ ਬੈਸਟ ਸੁਰੇਸ਼ ਰਾਮਕੋਟ ਤੇ ਨੈਟਮੈਨ ਦੋਨੋਂ ਜੁਆਇੰਟ ਆ ਜੀ ਨਹੀਂ ਕਰਾ ਲੈਂਦੇ ਫੋਟੋ ਨਾ ਕੱਪ ਲੂ ਜਿਵੇਂ ਮਰਜ਼ੀ ਕਰ ਲਈ ਸੈਕਿੰਡ ਪ੍ਰਾਈਜ਼ ਦਿਓ ਪਹਿਲਾਂ ਜੀ ਲਓ ਜੀ ਸੈਕਿੰਡ ਪ੍ਰਾਈਜ਼ ਰਾਏਕੋਟ ਦੀ ਟੀਮ ਰੇ ਬਹੁਤ ਸੋਹਣਾ ਖੇਡੇ ਮੁੰਡੇ ਸੈਕਿੰਡ ਪ੍ਰਾਈਜ਼ ਦੇਖੋ ਜੀ ਸਾਹਮਣੇ ਦੇਖੋ ਸਾਹਮਣੇ ਦੇਖੋ ਵੀਰੇ ਸਾਰੇ ਜੀ ਜਿਹੜਾ ਮੇਲਾ ਕਰਵਾਇਆ ਗਿਆ ਮੇਲਾ ਸਫਲ ਆ ਭਰਾਵਾਂ ਦਾ ਬਹੁਤ ਵੱਡੀਆਂ ਦੁਆਰਕਾਂ ਜਿਹੜੇ ਜੇਤੂ ਖਿਡਾਰੀ ਓਕੇ ਰਿਪੋਰਟਰਾਂ ਜੀ ਸੈਕਿੰਡ ਟੀਮ ਰਾਏਕੋਟ ਦੀ ਟੀਮ ਜੀ ਸੱਤਾ ਸਮਾਜਪੁਰੀਆ ਖੇਡਿਆ ਬਹੁਤ ਤਕੜਾ ਖੇਡੀ ਟੀਮ ਸੈਕਿੰਡ ਪ੍ਰਾਈਜ਼ ਰਿਹਾ ਜੀ ਰਾਏਕੋਟ ਦੀ ਟੀਮ ਆਓ ਜੀ ਆਓ ਫਸਟ ਟੀਮ ਆਓ ਜੀ ਲਾਵੀ ਜੋਗੀਆਂ ਦੀ ਟੀਮ ਪਹਿਲੇ ਨੰਬਰ ਤੇ ਰਹੇ ਮੁੰਡੇ ਆ ਜਾ ਵੀਰੇ ਬਾਦ ਬਾਦ ਮੁਬਾਰਕਾਂ ਜਿੰਨੇ ਵੀ ਖਿਡਾਰੀ ਵੀ ਖੇਡੇ ਲੈ ਲੈ ਰਾਹੁਲ ਦੇ ਕੈਮਰਾ ਖੋਲ ਕੇ
ਮੈਂ ਇਧਰ ਨੂੰ ਹੋ ਜਾਂਦਾ ਉਨੀ ਫੇਰ ਮੂਹਰ ਨੂੰ ਆ ਜਾਂਦੇ ਯਾਰ ਭੱਜੇ ਫਿਰਦੇ ਆ ਉਹ ਤੁਸੀਂ ਦੇਖ ਲਓ ਕਿਵੇਂ ਕਰਨਾ ਮੈਂ ਤਾਂ ਅਨਪੜ੍ਹ ਜਿਹਾ ਬੰਦਾ ਹੋ ਜਾਓ ਨਾਲ ਹੋ ਜਾਓ ਬਾਈ ਹੋ ਜਾਓ ਨਾਲ ਲਓ ਜੀ ਵੀਰੇ ਫਸਟ ਪ੍ਰਾਈਜ਼ ਜੋਗੀ ਵਾਲੀ ਟੀਮ ਜੀ ਫਸਟ ਜੋਗੀ ਵਾਲਾ ਜੀ ਸੈਕਿੰਡ ਰੈਕੋਰਡ ਐਂ ਤਾਂ ਤੁਹਾਨੂੰ ਲੁਕੋ ਲੂ ਅੱਧਿਆਂ ਦੇ ਮੂੰਹ ਨਹੀਂ ਦਿਖਣ ਦੇਣੇ ਨੇ ਕੱਪ ਨੇ ਕਿਵੇਂ ਜੇ ਤੇਰਾ ਫੋਨ ਜਾ ਰਹੀ ਮੈਨੂੰ ਸਮਝ ਨਹੀਂ ਇਹਦਾ ਬਾਲੇ ਘੱਟ ਜੇ ਜਾਣੇ ਆਉਂਦੇ ਇਹਦੇ ਲਾਵੀ ਬਹੁਤ ਬਹੁਤ ਮੁਬਾਰਕਾਂ ਦੇ ਦੇਖੋ ਜੀ ਸਾਹਮਣੇ ਜੋਗੀਆਂ ਦੀ ਟੀਮ ਜਿਹੜੀ ਪਹਿਲੇ ਨੰਬਰ ਤੇ ਰਹੀ ਬਹੁਤ ਸੋਹਣਾ ਖੇਡ ਤੁਹਾਡੇ ਬਹੁਤ ਬਹੁਤ ਮੁਬਾਰਕਾਂ ਜੀ ਇੱਕ ਧਾੜੀ ਮਾਰੋ ਯਾਰ ਮੁੰਡਿਆਂ ਲਈ ਮੁੰਡਿਆਂ ਨੇ ਦੁਖੇ ਰਿਪੋਰਟ ਆ ਜੀ ਔਰ ਅੱਜ ਪਹਿਲੇ ਨੰਬਰ ਤੇ ਹੈ ਕਿਸ਼ਨ ਵੀਰ ਦੀ ਸ਼ਾਮ ਦੇ ਖਿਲਾਫ ਲਓ ਜੀ ਵੀਰੇ ਇਹ ਸੀ ਆਪਣਾ ਅੱਜ ਦਾ ਰਿਜ਼ਲਟ ਜੀ ਸੁਚੀ ਬਾਈ ਦੀ ਕਮੇਟੀ ਦਾ ਆਪਾਂ ਵਿਰੋਧ ਅਮਲ ਕਰਦੇ ਆ ਔਰ ਇੱਕ ਆਪਾਂ ਜਕਾਰਾ ਲਾਉਣਾ ਜੀ ਸਾਰਿਆਂ ਨੇ ਫਤਿਹ ਦੀ ਸਾਂਝ ਪਾਉਣੀ ਆ ਬੁੱਲੇ ਸੋਨਹਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਓਕੇ ਰਿਪੋਰਟ ਜੀ ਇਹ ਸੀ ਆਪਣਾ ਅੱਜ ਦਾ ਰਿਜ਼ਲਟ ਜੀ ਮਿਲਦੇ ਆ ਅੱਜ ਦੂਲਾ ਸਿੰਘ ਵਾਲੇ ਦੇ ਟੂਰਨਾਮੈਂਟ ਦੇ ਦੋ ਪਲੇਅਰ ਬਾਹਰੋਂ ਖੇਡਣਗੇ ਅੱਜ ਫਿਰੋਜ਼ਪੁਰ ਚ ਰੌਣਕਾਂ ਲੱਗਣਗੀਆਂ ਦੂਲਾ ਸਿੰਘ ਵਾਲੇ ਮਿਲਦੇ ਆ ਅੱਜ ਲਾਈਵ ਤੇ ਧੰਨਵਾਦ ਜੀ।